Vahe Guru,
Baba Ram Nam.
Oh.
भगत हेत नरसिंह पे
कबीर को लखे न कह कबीर को लख न पार प्रहलाद उतारे अनेक बार नहीं छोटो रे बाबा राम नाम नहीं छोटो रे बाबा राम तेरे तारे से तुम गावन जो तुत पावन
रथ तेरे पाग तेरे साले मोट के तुनो गाव से नाव नानक क्या विचार सोई सोई सदा संसार साचा साची नाई है पी हो सी जाए मजासी रचना जिन रचाई रंग रंग पाती कर कर जिनसी माया जिन उपाई कर कर देख है बीता अपना ज्योतिष भी वड्याई ज्योतिष पावे सोई कर सी हुक्म न करना जाई सो पर साहब साहब नानक रहन रजाई 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 वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह गुण निदान गुण तिन
ਧੰਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਧੰਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ੁਰ ਵਾਹਿਗੁਰੂ ਜੀ ਨੂੰ ਭੁੱਲ ਕੇ ਭੁਲਾ ਕੇ ਵਿਸਾਰਨ ਦੇ ਨਾਲ ਸਦਾ ਜ਼ਿੰਦਗੀ ਦੇ ਅੰਦਰ ਜੀਵਨ ਦੇ ਅੰਦਰ ਖੁਆਰੀ ਦਾ ਵੇਖਣਾ ਪੈਂਦਾ ਹੈ, ਮਨੁੱਖ ਨੂੰ ਖੁਆਰ ਹੋਣਾ ਪੈਂਦਾ ਹੈ। ਸਤਿਗੁਰੂ ਕਿਰਪਾ ਕਰਦੇ ਸਭ ਕਹਿੰਦੇ ਜਿਸ ਜੀਵ ਨੂੰ ਉਸ ਮਾਲਕ ਕਰਤਾ ਪੁਰਖ ਵਾਹਿਗੁਰੂ ਜੀ ਦੀ ਓਟ, ਜਿਸ ਨੇ ਉਸ ਮਾਲਕ ਦਾ ਆਸਰਾ ਤੱਕ ਲਿਆ ਉਹਨੂੰ ਜੀਵਨ ਦੇ ਅੰਦਰ ਕਦੀ ਵੀ ਧੋਖਾ ਨਹੀਂ ਵਿਆਪਦਾ। ਇਸ ਤਰ੍ਹਾਂ ਮਾਲਕ ਦੇ ਦਰ ਨਾਲ ਜੁੜਨਾ ਹੀ ਜੀਵਨ ਦਾ ਅਸਲ ਮਨੋਰ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਦਰਸਾਇਆ ਹੈ ਜੀ। ਬਿਨਾਂ ਸਿਮਰਤ ਤੋਂ ਮਨੁੱਖ ਦੀ ਉਮਰ ਨੂੰ ਸਤਿਗੁਰਾਂ ਨੇ ਇੱਕ ਸੱਪ ਦੀ ਉਮਰ ਦੇ ਨਾਲ ਤਸ਼ਬੀਹ ਦਿੱਤੀ ਹੈ। ਔਰ ਇਹ ਵੀ ਗੁਰੂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਨੌ ਖੰਡਾਂ ਦਾ ਭਾਵੇਂ ਕੋਈ ਰਾਜਾ ਰਾਜ ਕਮਾ ਲਵੇ, ਅੰਤ ਚੱਲੇ ਅੰਤ ਸਮੇਂ ਉਸਨੂੰ ਇੱਥੋਂ ਹਾਰ ਕੇ ਜਾਣਾ ਪੈਂਦਾ ਹੈ ਜੇ ਜੀਵਨ ਅੰਦਰ ਪ੍ਰਭੂ ਦੀ ਯਾਦ ਨਹੀਂ। ਔਰ ਹਜ਼ੂਰ ਕਿਰਪਾ ਕਰਦੇ ਨੇ ਕਿ ਉਸ ਗੁਣੀ ਨਿਧਾਨ ਪਰਮੇਸ਼ੁਰ ਦੇ ਗੁਣ ਵੀ ਉਹੀ ਗਾ ਸਕਦੇ ਨੇ ਜਿਨ੍ਹਾਂ 'ਤੇ ਮਾਲਕ ਆਪ ਕਿਰਪਾ ਕਰਦਾ ਹੈ। ਉਹਨਾਂ ਦਾ ਆਪਣਾ ਜੀਵਨ ਸੁੱਖ ਅਤੇ ਆਨੰਦਮਈ ਬਣ ਜਾਂਦਾ ਹੈ, ਉਹਨਾਂ ਦਾ ਜਨਮ ਧੰਨ। ਔਰ ਐਸੇ ਧੰਨਤਾ ਜੋ ਗੁਰਮੁਖਾਂ ਤੋਂ ਸਾਹਿਬ ਕਹਿੰਦੇ ਸਦਾ ਬਲਿਹਾਰ ਅਤੇ ਸਦਕੇ ਪ੍ਰਵਾਨ ਨਾਲ ਸਤਿਗੁਰੂ ਕਿਰਪਾ ਕਰਨ ਜੀ ਸਾਨੂੰ ਆਪਣੇ ਦਰ ਕਰਦੇ ਪ੍ਰੀਤ ਕਰਨ ਭੁੱਲਾ ਚੁੱਕਾਂ ਦੀ ਕਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਗਲ ਸਵਗਰੀ ਤੁਮਰੈ ਸੁਦਰ ਸਾਰੀ ਤੁਮਤੇ ਹੋਏ ਸੁਹਾ ਤੁਮਰੀ ਕਾਤਰ ਮੇਤ ਤੁਮਹੀ ਆਮੀ ਨਾਨਕ ਦਾਸ ਸਦਾ ਗੁਰਬਾਣੀ। ਸਾਸਰੇ ਬੁਲਵਾ ਵਾਹ ਇਹ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਜੀ ਦੀ ਪਾਤਸ਼ਾਹ ਪ੍ਰਿੰਦਾਂ ਵਾਲੀ ਜਨਮ ਕਹਿ ਗ੍ਰੰਥ ਲਈ ਧਿਆਇ ਗ੍ਰੰਥ ਗੁਰਦੇ ਅਵਰਦਾਸ ਰਬ ਦਾਸ ਸਹਾਇ ਅਗਨ ਹਰ ਗੋਬਿੰਦ ਸਿਮਰ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਦੇ ਆਗਿਆ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸ਼ਰਨ ਹੈ ਕਰ ਲਓ ਇਹ ਅਵਰਦਾਸ ਸਭ ਤਾਈ ਵਿਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਵਿਸਹਾਇ ਦਸਾਂ ਪਾਤਸ਼ਾਹ ਦੇ ਪ੍ਰਕਾਸ਼ ਨੂੰ ਜੋ ਗੁਰਦੁਆਰੇ ਵਿੱਚ ਆਇਆ ਸੀ ਕਿ ਵਾਹ ਤੇ ਨਾ ਹੀ ਕਮਾਈ ਕਰਦੇ ਗੁਰਦੁਆਰੇ ਵਾਹ
penyataan batu luaran saja yang akan dibunuh di wah penyataan serbat khalsa di jelas ini serbat khalsa di itu wahi nah kita jadi amir kasar sekolah jangan ragu kasar jatah kasar jaya di bahasa kibar pencidi tidak bisa karena itu berbunuh di wahi sekarang siki dan kena rekan menang sahabat berusaha tanda kena nama Sri Amrit Sajjah Tidak Sisa Kau kia kende buke dua kata Tanda yang kala bunuh di wahi sekarang mati mamat uti Mampak kira ke apa itu Guru inulah Bantu sudah saya Biar keluar, biar bayar, biar terdata
ਆਪਣੇ ਅੰਦਰ ਦੇ ਕਰਨ ਮੰਦਰ ਵਾਸਤੇ ਆਪਣੇ ਜਿਹੜੇ ਪ੍ਰਵਾਸ ਕਰ ਕਮਾਈਆਂ ਅੰਦਰ ਵਿੱਚ ਰੋਜ਼ ਰੋਜ਼ ਕਾਇਮ ਰੱਖਣ ਦੀ ਕਾਰਨ ਬਤਾ ਸਾਰੇ ਦੌਰ ਸੁਖਰ ਕੋ ਜੀ ਬਸ਼ਰ ਕਰ ਬਤਾ ਆਪਣੇ ਚੰਦਰ ਸੇਵਾ ਕਰ ਰਹੇ ਪੈਰੀਏ ਚੰਗਾ ਸਿੰਘ ਤੰਦਰੁਸਤੀ ਬਖਸ਼ ਪਿਆਰੀ ਕਰਾ ਬਖਸ਼ੋ ਅਤੇ ਸਦਾ ਹੀ ਆਪਣੇ ਚੰਦਰ ਜਿਸ ਦਾ ਸੇਵਾ ਦੀ ਭਾਵਨਾ ਬਖਸ਼ ਪਿਆਰੀ ਪਾਤਾ ਕਰ ਕਿਰਪਾ ਕਰ ਬਤਾ ਮੇਰੇ ਵਜ੍ਹਾ ਸਭ ਦੇ ਜਾ ਕੇ ਸਾਰੀ ਦੀ ਕਿਰਦਾਰ ਬਖਸ਼ ਕਰ ਬਤਾ ਸੇਵਾ ਪ੍ਰਵਾਨ ਕੋ ਲੱਗੀ ਮਾਰੀ ਮਾਫੀ ਬਖਸ਼ੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੀ ਕਲੀ ਜਲਾਏ ਸਾਖੀ ਗਣ ਗੋ ਹੁਕਮ ਹੈ ਗੁਰੂ ਮਨ ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰ ਕੀਤ ਜੋ ਪ੍ਰਭ ਕੋ ਮੈਨ ਮੋਹਿ ਤੇਰਾ ਗੋਇ ਜਬਲ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ ਕੋ ਪਾਰ ਨਾ ਮਿਲੇ ਗਏ ਮਲੇ ਜਗ ਜੋ ਵਾਹਿਗੁਰੂ ਦਾ ਉਜਾਰਾ ਜੜੇ ਚੌਧਰੇ ਪਾ ਜੋ ਜਗਦਾ ਕਰ ਸੇਵਦੇ ਗੁਰੂ ਪਾਲ ਧਰ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹਾ ਦੀਪ ਸੁਰਮ ਰੀਰ ਜਿਹਾ ਕਰ ਗੁਰੂ ਕਲਗੀ ਧਾਰ ਜਗਦੀਸ਼ ਬੋਲ